ਅੱਧੇ ਮੂੰਹ ਵਿੱਚ ਬੈਠੇ ਬੱਚੇ ਕਰ ਰਹੇ ਨੇ ਪੜ੍ਹਾਈ। ਹਾਲਤ ਇੰਨੀ ਖਸਤਾ ਕਿ ਕਿਸੇ ਵੀ ਵਕਤ ਵਾਪਰ ਸਕਦੀ ਹੈ ਵੱਡੀ ਘਟਨਾ। ਬੱਚਿਆਂ ਦੀ ਜਾਨ ਨੂੰ ਖਤਰਾ। ਸਰਕਾਰ ਕਰ ਰਹੀ ਹੈ ਵੱਡੀ ਘਟਨਾ ਦਾ ਇੰਤਜ਼ਾਰ। ਇਹ ਜਗ੍ਹਾ ਕਿਸੇ ਮੌਤ ਦੇ ਖੂਹ ਨਾਲੋਂ ਘੱਟ ਨਹੀਂ ਹੈ। ਇਹ ਵੀਡੀਓਜ਼ ਜ਼ਿਲ੍ਹਾ ਸੰਗਰੂਰ ਦੇ ਪਿੰਡ ਰੌਂਗਲਾ ਸਰਕਾਰੀ ਹਾਈ ਸਕੂਲ ਦੀਆਂ ਨੇ, ਜਿੱਥੇ ਕਿ ਬੱਚੇ ਮੌਤ ਦੇ ਮੂੰਹ ਵਿੱਚ ਬੈਠੇ ਪੜ੍ਹਾਈ ਕਰ ਰਹੇ ਨੇ। ਇਹ ਸਕੂਲ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਸਕੂਲ ਦੀ ਬਿਲਡਿੰਗ ਕਿਸੇ ਵੀ ਵਕਤ ਡਿੱਗ ਸਕਦੀ ਹੈ। ਦੱਸ ਦਈਏ ਕਿ ਇਹ ਸਕੂਲ ਦੇ ਕਮਰੇ ਤੱਕ ਚੋਂਦੇ ਨੇ ਅਤੇ ਜਦੋਂ ਬੱਚੇ ਕਮਰਿਆਂ ਵਿੱਚ ਬੈਠੇ ਹੁੰਦੇ ਨੇ ਤਾਂ ਉਹਨਾਂ 'ਤੇ ਆ ਕੇ ਪੱਥਰ ਤੱਕ ਗਿਰ ਜਾਂਦੇ ਨੇ। ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਬੱਚੇ ਠੰਡ ਵਿੱਚ ਬਾਹਰ ਬੈਠ ਕੇ ਪੜ੍ਹਨ ਦੇ ਵਿੱਚ ਮਜਬੂਰ ਨੇ, ਕਿਉਂਕਿ ਕਮਰੇ ਦੀਆਂ ਛੱਤਾਂ ਇੰਨੀਆਂ ਨਕਾਰਾ ਹੋ ਚੁੱਕੀਆਂ ਨੇ ਕਿ ਉਹ ਕਿਸੇ ਵੀ ਵਕਤ ਬੱਚਿਆਂ 'ਤੇ ਗਿਰ ਸਕਦੀਆਂ ਨੇ ਅਤੇ ਬਰਸਾਤ ਦੌਰਾਨ ਇਹਨਾਂ ਕਮਰਿਆਂ ਦੇ ਵਿੱਚ ਪਾਣੀ ਤੱਕ ਚਲਾ ਜਾਂਦਾ ਹੈ। ਇੱਥੇ ਜਦੋਂ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਬੱਚਿਆਂ ਨੇ ਸਾਫ ਸਾਫ ਇਹ ਕਿਹਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਅਤੇ ਸਰਕਾਰ ਬਸ ਕਿਸੇ ਵੱਡੀ ਘਟਨਾ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਆਓ ਲੈ ਕੇ ਚੱਲਦਾ ਤੁਹਾਨੂੰ ਵੀ ਇਸ ਸਕੂਲ ਦੇ ਵਿੱਚ ਅਤੇ ਮਿਲਵਾਉਂਦਿਆਂ ਸਕੂਲ ਦੇ ਬੱਚਿਆਂ ਨਾਲ। ਇਹ ਜਦੋਂ ਅਸੀਂ ਕਈ ਵਾਰੀ ਕਲਾਸ 'ਚ ਬੈਠੇ ਹੁੰਦੇ ਹਾਂ ਜੀ, ਉੱਪਰੋਂ ਸਮਿੰਟ ਦੀਆਂ ਪਾਪੜੀਆਂ ਡਿੱਗਦੀਆਂ ਨੇ, ਕਈ ਵਾਰੀ ਅਸੀਂ ਸਾਡੇ ਉੱਪਰ ਵੀ ਡਿੱਗੀਆਂ ਨੇ, ਅੱਗੇ ਵੀ ਡਿੱਗੀਆਂ ਨੇ, ਕਈ ਵਾਰੀ ਪਿੱਛੇ ਵੀ। ਅਸੀਂ ਵਾਰ ਵਾਰ ਬੱਚਿਆਂ ਜਿੰਨਾ ਚਿਰ ਅਸੀਂ ਸਕੂਲ 'ਚ ਹੁੰਦੇ ਹਾਂ ਜੀ, ਉਨਾ ਚਿਰ ਅਸੀਂ ਮੌਤ ਦੇ ਮੂੰਹ 'ਚ ਹੁੰਦੇ ਹਾਂ ਜੀ। ਦੋ ਦਿਨ ਹੋ ਗਏ ਅਸੀਂ ਬਾਹਰ ਬੈਠੇ ਹਾਂ ਕਿ ਮੀਂਹ ਪੈਣ ਲੱਗ ਰਿਹਾ, ਉੱਪਰੋਂ ਕਮਰੇ ਚੋਣ ਲੱਗ ਰਹੇ ਨੇ, ਉੱਪਰੋਂ ਸਮਿੰਟ ਦੀਆਂ ਉਹ ਡਿੱਗਦੀਆਂ ਨੇ, ਪਾਪੜੀਆਂ ਡਿੱਗਦੀਆਂ ਨੇ, ਤਾਂ ਕਰਕੇ ਅਸੀਂ ਬਾਹਰ ਬੈਠੇ ਹਾਂ ਜੀ। ਸਰਕਾਰ ਨੂੰ ਬਸ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਸਕੂਲ ਦਿਆ ਕਮਰੇ ਵਧੀਆ ਬਣਾਏ ਜਾਣ ਤਾਂ ਜੋ ਅਸੀਂ ਵਧੀਆ ਪੜ੍ਹ ਸਕੀਏ, ਬਾਹਰੋਂ ਠੰਡ ਨਾ ਆ ਸਕੇ। ਰਵਿੰਦਰ ਕੌਰ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬਾਹਰ ਬੈਠੇ ਹੋ ਤੇ ਦੋ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈਗੀ, ਕੀ ਪੋਜੀਸ਼ਨ? ਅੰਦਰ ਜੀ ਬਹੁਤ ਵੱਡੇ ਵੱਡੇ ਪੱਥਰ ਡਿੱਗਦੇ ਨੇ, ਕਈ ਵਾਰ ਸਾਡੇ 'ਤੇ ਲੱਗ ਵੀ ਜਾਂਦੇ ਨੇ, ਕਈ ਵਾਰ ਅਸੀਂ ਬਚ ਵੀ ਜਾਂਦੇ ਹਾਂ, ਇਸ ਲਈ ਅਸੀਂ ਬਾਹਰ ਬੈਠੇ ਅਤੇ ਅੰਦਰ ਬਹੁਤ ਪਾਣੀ 'ਚ ਹੋ ਰਿਹਾ ਹੈ। ਜਦੋਂ ਵੀ ਮੀਂਹ ਆਉਂਦਾ ਹੈ ਤਾਂ ਕਲਾਸਾਂ ਪਾਣੀ ਨਾਲ ਭਰ ਜਾਂਦੀਆਂ ਨੇ ਅਤੇ ਜਿਸ ਕਾਰਨ ਬਹੁਤ ਮੱਛਰ ਫੈਲਦਾ ਹੈ, ਇਸ ਲਈ ਅਸੀਂ ਬਾਹਰ ਬਹਿੰਦੇ ਹਾਂ ਅਤੇ ਇਹਦੇ ਨਾਲ ਸਾਡੀ ਨੌਲੇਜ 'ਤੇ ਵੀ ਨੌਲੇਜ ਦਾ ਵੀ ਬਹੁਤ ਘੱਟ ਹੁੰਦਾ ਹੈ ਅਤੇ ਸਾਡੀ ਪੜ੍ਹਾਈ 'ਤੇ ਵੀ ਬਹੁਤ ਖਤਰਾ ਪੈ ਰਿਹਾ ਇਹਦੇ ਨਾਲ। ਹਾਂਜੀ, ਇਹਦੇ ਨਾਲ ਬਹੁਤ ਵੱਡਾ ਹਾਦਸਾ ਵੀ ਹੋ ਸਕਦਾ, ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਹੈ। ਜ਼ਿਆਦਾ ਸਰਕਾਰ ਐਵੇਂ ਕਵੇ ਵੀ ਨਾ ਵੀ ਉਹ ਅਤੇ ਸਾਡੇ 'ਤੇ ਵੀ ਐਂ ਕਵੇ ਵੀ ਨਾ ਵੀ ਉਹ ਵੀ ਆਪਦੇ ਬੱਚਿਆਂ ਨੂੰ ਵੀ ਸੇਫ ਰੱਖੇ ਵੀ ਅਤੇ ਸਾਡੇ ਅਗਲੇ ਵੱਲ ਧਿਆਨ ਦੇਵੇ ਵੀ ਉਹ ਇਹ ਗੱਲ ਦੀ ਪੂਰੀ ਯਕੀਨ ਰੱਖੇ ਵੀ ਜੇ ਉਹਨਾਂ ਸਾਡੇ ਨਾਲ ਕੋਈ ਹਾਦਸਾ ਹੋਵੇ ਤਾਂ ਉਹ ਜ਼ਿੰਮੇਵਾਰ ਹੋਵੇਗੀ। ਕੀ ਮੰਗ ਕਰਦੇ? ਅਸੀਂ ਸਰਕਾਰ 'ਤੇ ਇਹੀ ਮੰਗ ਕਰਦੇ ਹਾਂ ਵੀ ਸਾਡੇ ਕਲਾਸ ਵਧੀਆ ਬਣਨ ਅਤੇ ਕੋਈ ਹਾਦਸਾ ਨਾ ਹੋਵੇ ਅਤੇ ਸਾਡੇ ਕਲਾਸ ਅਤੇ ਪੂਰੇ ਸਕੂਲ ਨੂੰ ਵਧੀਆ ਟੀਚਰ ਮਿਲਣ। ਮੇਰਾ ਨਾਮ ਨੇਹਾ ਜੀ। ਕੀ ਕਹਿਣਾ ਚਾਹੁੰਦੇ ਤੁਸੀਂ, ਬਾਹਰ ਕਿਉਂ ਬੈਠੇ ਹੋਗੇ ਅੱਜ? ਅਸੀਂ ਕਹਿਣਾ ਚਾਹੁੰਦੇ ਹਾਂ ਸਰ, ਜੋ ਸਾਡੇ ਕਲਾਸਿਸ ਨੇ ਮਤਲਬ ਉਹਨਾਂ ਦੀ ਬਿਲਡਿੰਗ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਚੁੱਕੀ ਹੈ ਕਿ ਉਹਦੇ ਅੰਦਰ ਕੋਈ ਬੈਠ ਨਹੀਂ ਸਕਦਾ ਹੈਗਾ। ਜਦੋਂ ਅਸੀਂ ਬਹਿੰਦੇ ਹਾਂ ਮਤਲਬ ਪੂਰਾ ਖਤਰਾ ਹੈਗਾ ਅੰਦਰ ਬੈਠਣ 'ਚ। ਮੀਂਹ ਦੇ ਮੌਸਮ 'ਚ ਤਾਂ ਮੀਂਹ ਮਤਲਬ ਚੁੰਦੇ ਨੇ ਇੰਨੇ ਕਮਰੇ ਕਿ ਪਾਣੀ ਪੂਰਾ ਭਰ ਜਾਂਦਾ ਕਲਾਸਾਂ 'ਚ, ਕਿ ਬੱਚਿਆਂ ਨੂੰ ਬਾਹਰੇ ਬੈਠਣਾ ਪੈਂਦਾ ਹੈਗਾ। ਹੁਣ ਪੇਪਰਾਂ ਦੇ ਦਿਨ ਨੇ, ਮਾਂ ਬਾਪ ਇੰਨਾ ਖਰਚਾ ਨਹੀਂ ਕਰ ਸਕਦੇ ਕਿ ਅਸੀਂ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਸਕੀਏ, ਤਾਂ ਹੀ ਅਸੀਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਹਾਂ। ਹੁਣ ਸਰਕਾਰ ਨੂੰ ਲੋੜ ਹੈ ਕਿ ਸਾਡੀ ਨਵੀਆਂ ਬਿਲਡਿੰਗਾਂ ਬਣਾਈਆਂ ਜਾਣ। ਅਸੀਂ ਤਾਂ 6ਵੀਂ ਤੋਂ ਲੈ ਕੇ 10th ਤੱਕ, ਹੁਣ ਅਸੀਂ ਇੱਥੇ ਕੱਟ ਲਏ, ਹੁਣ ਸਾਡੇ ਛੋਟੇ ਭੈਣ ਭਾਈ ਨੇ ਉਹ ਵੀ ਉਰੇ ਪੜ੍ਹਨਗੇ। ਇਸ ਲਈ ਸਰਕਾਰ ਨੂੰ ਚਾਹੀਦਾ ਕਿ ਵਧੀਆ ਬਿਲਡਿੰਗਸ ਤਿਆਰ ਕੀਤੀਆਂ ਜਾਣ ਜਿਨ੍ਹਾਂ ਨਾਲ ਕੋਈ ਬੱਚਿਆਂ ਨੂੰ ਖਤਰਾ ਨਾ ਹੋਵੇ, ਕਿਉਂਕਿ ਉਰੇ ਬੈਠਣਾ ਜਾਣ ਤੋਂ ਸੇਫ ਨਹੀਂ ਹੈਗਾ ਸਾਡੇ ਲਈ, ਬਹੁਤ ਜ਼ਿਆਦਾ ਖਤਰੇ ਵਾਲੀ ਗੱਲ ਹੈਗੀ। ਮਤਲਬ ਜੋ ਵੀ ਅਸੀਂ 6-7 ਘੰਟੇ ਰਹਿੰਦੇ ਹਾਂ ਸਕੂਲ 'ਚ, ਹਰ ਟਾਈਮ ਖਤਰਾ ਇੰਨਾ ਜ਼ਿਆਦਾ ਕਿ ਥੋੜ੍ਹਾ ਜਿਹਾ ਤੂਫਾਨ 'ਚ ਖੜਾਇਆ ਕਿ ਛੱਤ ਵੀ ਗਿਰਨ ਦਾ ਡਰ ਹੈਗਾ। ਬਾਰਿਸ਼ ਪੈ ਰਹੀ ਹੈ ਦੋ ਦਿਨਾਂ ਤੋਂ, ਹੁਣ ਕਿਵੇਂ ਪੋਜੀਸ਼ਨ ਹੈਗੀ? ਹੁਣ ਇੰਨੀ ਬੇਕਾਰ ਪੋਜੀਸ਼ਨ ਹੈ ਸਰ, ਅਸੀਂ ਦੱਸ ਨਹੀਂ ਸਕਦੇ ਕਿ ਕਲਾਸਾਂ 'ਚ ਪਾਣੀ ਭਰਿਆ ਹੋਇਆ, ਨਾ ਤਾਂ ਕਲਾਸ 'ਚ ਬੱਚੇ ਬੈਠ ਸਕਦੇ ਨੇਗੇ, ਔਰ ਹੁਣ ਟੀਚਰ ਨੇ ਹੁਣ ਬਾਹਰੇ ਪੜ੍ਹਾ ਵੀ ਨਹੀਂ ਸਕਦੇ ਹੈਗੇ, ਕਿਉਂਕਿ ਮਤਲਬ ਮਾਹੌਲ ਹੀ ਨਹੀਂ ਬਣਦਾ ਪੜ੍ਹਾਉਣ ਦਾ ਟੀਚਰਸ ਦਾ। ਹੁਣ ਬੱਚਿਆਂ ਦਾ ਧਿਆਨ ਵੀ ਬਾਹਰ ਜਾਂਦਾ ਗਾ, ਇਸ ਕਰਕੇ ਬੱਚੇ ਵੀ ਨਹੀਂ ਪੜ੍ਹ ਪਾਉਂਦੇ ਹੈਗੇ। ਇਸ ਲਈ ਸਰਕਾਰ ਨੂੰ ਚਾਹੀਦਾ ਕਿ ਬਿਲਡਿੰਗਾਂ ਸਹੀ ਕਰਵਾਈਆਂ ਜਾਣ। ਸਰਕਾਰ ਲੱਗਦਾ ਨਹੀਂ ਵੀ ਕਿਸੇ ਹਾਦਸੇ ਦਾ ਇੰਤਜ਼ਾਰ ਕਰਦੀ ਹੈ? ਇਹ ਸਰ ਉਹੀ ਗੱਲ ਹੈ ਨਾ ਸਰ, ਬਸ ਦੇਖਦੇ ਨੇਗੇ ਕਿ ਕੋਈ ਹਾਦਸਾ ਹੋਵੇ, ਉਸ ਤੋਂ ਬਾਅਦ ਅਸੀਂ ਬਿਲਡਿੰਗ ਤਿਆਰ ਕਰਵਾਈਏ, ਕਿ ਸਾਡਾ ਨਾਮ ਹੋਵੇ ਕਿ ਹਾਂ ਅਸੀਂ ਬਿਲਡਿੰਗ ਤਿਆਰ ਕਰਵਾਈਏ, ਉੱਥੇ ਹਾਦਸਾ ਹੋਇਆ, ਅਸੀਂ ਇੰਨੀ ਹੈਲਪ ਕੀਤੀ ਹੈ। ਲੇਕਿਨ ਸਰਕਾਰ ਨੂੰ ਇਹ ਨਹੀਂ ਪਤਾ ਕਿ ਉਸ ਤੋਂ ਬਾਅਦ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਜੇਕਰ ਬੱਚਿਆਂ ਤੋਂ ਜ਼ਿਆਦਾ ਕੋਈ ਜ਼ਰੂਰੀ ਨਹੀਂ ਹੈਗਾ ਸਾਡੇ ਪਿੰਡ ਲਈ। ਕੀ ਨਾਮ ਹੈ ਜੀ? ਮੱਖਣ ਸਿੰਘ ਹੈ ਜੀ। ਮੱਖਣ ਸਿੰਘ, ਤੁਹਾਡੇ ਸਕੂਲ ਦੇ ਵਿੱਚ ਆਏ ਹਾਂਗੇ, ਕੀ ਪੋਜੀਸ਼ਨ ਹੈਗੀ? ਇਹ ਪੋਜੀਸ਼ਨ ਸਰ ਤੁਹਾਡੇ ਸਾਹਮਣੇ ਹੀ ਹੈ, ਸਕੂਲ ਦੀ ਬਿਲਡਿੰਗ ਬਹੁਤ ਪੁਰਾਣੀ ਹੈ, ਇਹ
ਇਹਦੇ ਕਰਕੇ ਇਹਦੀ ਛੱਤ ਕੰਧਾਂ ਸਾਰੀਆਂ ਹੀ ਖਸਤਾ ਹੋ ਚੁੱਕੀਆਂ ਨੇ। ਹਰ ਟਾਈਮ ਖਤਰੇ ਦੇ ਵਿੱਚ ਹੀ ਬੱਚੇ ਪੜ੍ਹਦੇ ਨੇ। ਆਹ ਤੁਹਾਡੇ ਸਾਹਮਣੇ ਤੁਸੀਂ ਕਵਰੇਜ ਕਰ ਲਓ, ਆਹ ਬੱਚੇ ਬੈਠੇ ਨੇ, ਹੁਣ 2 ਦਿਨ ਤੋਂ ਬਾਰਿਸ਼ ਹੋ ਰਹੀ ਹੈ ਅਤੇ ਇਹ ਬਾਰਿਸ਼ ਦੇ ਵਿੱਚ ਕੁਛ ਬੱਚੇ ਤਾਂ ਇਹਨਾਂ 'ਚ ਆਏ ਨਹੀਂ ਹੈਗੇ ਬਾਰਿਸ਼ ਦੇ ਕਾਰਨ, ਅਤੇ ਜਿਹੜੇ ਬੈਠੇ ਨਾ ਤੁਹਾਡੇ ਸਾਹਮਣੇ ਬੈਠੇ ਨੇ, ਅੱਧ ਤੱਕ ਬਰਾਂਡੇ ਦੇ ਵਿੱਚ ਬਾਛੜ ਜਾ ਰਹੀ ਹੈ ਅਤੇ ਕੰਧ ਦੇ ਨਾਲ ਨਾਲ ਹੀ ਬੈਠੇ ਨੇ ਬਸ ਇਹ। ਅਤੇ ਬਸ ਸਾਡੀ ਇਹ ਮੰਗ ਹੈ ਸਰਕਾਰ ਦੇ ਉੱਤੋਂ, ਤੁਸੀਂ ਇਹ ਕਿਸੇ ਉੱਚ ਅਧਿਕਾਰੀ ਦੇ ਧਿਆਨ 'ਚ ਲਿਆਉਂਦੇ? ਹਾਂਜੀ, ਅਸੀਂ ਬਹੁਤ ਵਾਰ ਲੈਟਰ ਦਿੱਤੇ ਨੇ ਵੀ ਇਹਨੂੰ ਅਨਸੀਫ ਕਰਿਆ ਜਾਵੇ ਜੀ, ਅਸੀਂ ਲੈਟਰ ਦੇ ਚੁੱਕੇ ਹਾਂ ਜੀ ਇਹ ਚੀਜ਼ ਇਹਦੇ ਬਾਰੇ, ਅਨਸੀਫ ਕਰੋ ਇਹਨੂੰ ਜੀ। ਨਹੀਂ ਗੌਰ ਹੋਈ, ਕੋਈ ਗੌਰ ਨਹੀਂ ਕਰ ਰਹੀ ਜੀ ਗੌਰਮੈਂਟ। ਅਸੀਂ ਮੰਗ ਕਰ ਰਹੇ ਹਾਂ ਜੀ, ਉਦੋਂ ਬਾਅਦ ਦੇ ਵਿੱਚ ਜਦੋਂ ਇਹ ਬਿਲਡਿੰਗ ਡਿੱਗ ਗਈ, ਬੱਚੇ ਦੱਬ ਗਏ ਇਹਦੇ ਥੱਲੇ, ਫਿਰ ਐਲਾਨ ਕਰ ਦੇਣਗੇ ਗੌਰਮੈਂਟ ਵਾਲੇ ਕਿ 1 ਲੱਖ ਲੈ ਲਓ, 2 ਲੱਖ ਲੈ ਲਓ, ਅਸੀਂ ਬੱਚੇ ਨੂੰ ਮੁਆਵਜ਼ਾ ਦੇ ਰਹੇ ਹਾਂ, ਫਿਰ ਇਹ ਬਿਲਡਿੰਗ ਨਵੀਂ ਵੀ ਬਣਾ ਦੇਣਗੇ। ਅਸੀਂ ਚਾਹੁੰਦੇ ਵੀ ਉਹ ਹਾਸਤਾ ਹੋਣ ਤੋਂ ਪਹਿਲਾਂ ਬਿਲਡਿੰਗ ਸਾਡੀ ਤਿਆਰ ਹੋ ਜਾਏ ਜੀ। ਨਹੀਂ, ਸਾਡੀ ਤਾਂ ਇੱਥੋਂ ਤੱਕ ਪੁਜੀਸ਼ਨ ਹੈ ਜੀ ਕਿ ਪਿੰਡ ਦੀ ਸਾਰੇ ਦੀ ਵੀ ਅਸੀਂ ਮਾਰਚ ਮਹੀਨੇ ਦੇ ਵਿੱਚ ਕਿਸੇ ਵੀ ਬੱਚੇ ਦੀ ਐਡਮਿਸ਼ਨ ਕਰਾਉਣ ਨੂੰ ਕੋਈ ਮਾਂ ਬਾਪ ਤਿਆਰ ਨਹੀਂ ਹੈਗਾ ਜੀ। ਬੱਚਿਆਂ ਦੇ ਪੇਰ ਮਾਂ ਬਾਪ ਇਹ ਡੀਕਦੇ ਰਹਿੰਦੇ ਨਹੀਂ ਬੱਚਾ ਅੱਜ ਬਾਰਿਸ਼ ਹੋ ਰਹੀ ਹੈ ਜਾਂ ਅੱਜ ਹਨੇਰੀ ਵੱਧ ਆਈ ਹੋਈ ਹੈ, ਵੀ ਬੱਚਾ ਸਾਡੇ ਘਰ ਪਹੁੰਚੂਗਾ ਜਾਂ ਨਾ ਪਹੁੰਚੂਗਾ। ਪਹਿਲਾਂ ਵੀ ਬਹੁਤ ਵੱਡਾ ਹਾਦਸਾ ਹੋ ਚੁੱਕਿਆ ਸਾਡੇ ਪਿੰਡ ਦੇ ਵਿੱਚ, ਪਹਿਲਾਂ ਹੀ ਬਹੁਤ ਵੱਡਾ ਹਾਦਸਾ ਹੋਇਆ ਜੀ ਸਾਡੇ, ਉਹ ਗੱਲ ਦੀ ਅੱਜ ਤੱਕ ਸੱਟ ਹੈ ਜੀ ਦਿਲ ਦੇ ਵਿੱਚ। ਅਸੀਂ ਇਸ ਗੱਲ ਦੇ ਮਾਰੇ ਵਾਰ ਵਾਰ ਲੈਟਰ ਦੇ ਚੁੱਕੇ ਹਾਂ ਜੀ, ਅਤੇ ਗੌਰਮੈਂਟ ਕੋਈ ਵੀ ਸਰਕਾਰ ਇਹਦੇ ਉੱਤੇ ਅਮਲ ਨਹੀਂ ਕਰ ਰਹੀ ਹੈਗੀ ਜੀ, ਅਤੇ ਪੋਸਟਾਂ ਸਾਡੀਆਂ ਖਾਲੀ ਪਈਆਂ ਨੇ ਜੀ। ਕਿੰਨੀਆਂ? 8 ਪੋਸਟਾਂ ਖਾਲੀ ਪਈਆਂ ਨੇ ਜੀ ਸਾਡੇ ਪਿੰਡ ਦੇ ਵਿੱਚ। ਨੈਸ਼ਨਲ ਲੈਵਲ ਪੰਜਾਬ ਲੈਵਲ ਦੇ ਖਿਡਾਰੀ ਖੇਡਦੇ ਰਹੇ ਨੇ, ਪਰ ਅੱਜ ਸਾਡੇ ਪਿੰਡ ਦੇ ਵਿੱਚ ਕੋਈ ਕੋਚ ਨਹੀਂ, ਕੋਈ ਡੀ ਪੀ ਨਹੀਂ, ਕੋਈ ਪੀ ਟੀ ਨਹੀਂ, ਹੈੱਡ ਟੀਚਰ ਨਹੀਂ, ਹਿੰਦੀ ਟੀਚਰ ਨਹੀਂ, ਮਾਲੀ ਨਹੀਂ, ਕੋਈ ਵੀ ਪੀ ਐੱਨ ਨਹੀਂ ਹੈਗਾ, ਕੋਈ ਵੀ ਤੋੜ ਭੰਨ ਹੋ ਜਾਂਦੀ ਹੈ ਰਾਤ ਨੂੰ ਸਕੂਲ ਦੇ ਵਿੱਚ, ਕੋਈ ਚੌਂਕੀਦਾਰ ਨਹੀਂ ਹੈਗਾ ਜੀ, ਜੰਦੇ ਟੁੱਟ ਜਾਂਦੇ ਨੇ, ਟੂਟੀਆਂ ਖੁੱਲ੍ਹ ਜਾਂਦੀਆਂ ਨੇ। ਅਸੀਂ ਸਰਕਾਰ ਤੋਂ ਇਹੀ ਬੇਨਤੀ ਕਰਦੇ ਹਾਂ ਜੀ, ਮੰਗ ਕਰਦੇ ਹਾਂ ਜੀ ਵੀ ਜਿਹੜੀ ਵੀ ਬਿਲਡਿੰਗ ਹੈ ਜੀ ਇਹਨੂੰ ਦੁਬਾਰਾ ਤਿਆਰ ਕਰੀ ਜਾਵੇ ਜੀ, ਇਹ ਢਾਹ ਕੇ ਬੱਚਿਆਂ ਦੀ ਸੇਫ ਫੇਰ ਹੀ ਹੈ ਜੀ। ਨਹੀਂ ਇਹਦੇ ਵਿੱਚ ਤਾਂ ਬੱਚਿਆਂ ਨੂੰ ਪੜ੍ਹਾਉਣਾ ਇੱਕ ਆਪਣੇ ਬੱਚਿਆਂ ਦੇ ਮਤਲਬ ਕਿ ਜਾਨ ਨੂੰ ਝੋਖਣਾ ਜੀ, ਇਸੇ ਕਰਕੇ ਹੀ ਲੋਕ ਪ੍ਰਾਈਵੇਟ ਸਕੂਲਾਂ ਵੱਲ ਵੱਧ ਰੁੱਖ ਕਰ ਰਹੇ ਨੇ ਸਾਡੇ। ਅਤੇ ਇੱਕ ਹੋਰ ਇਹ 'ਚ ਮੇਨ ਗੱਲ ਹੈ ਜੀ, ਇਹ ਸਕੂਲ ਦੇ ਵਿੱਚ ਮਿਡਲ ਦੇ ਵਿੱਚ ਜਿੰਨੇ ਬੱਚੇ, ਇੱਕ ਖੇੜੀ ਨਾਂਗਾ ਸਾਡੇ ਨੇੜੇ ਪਿੰਡ ਹੈ ਜੀ, ਅਤੇ ਕੈਂਪਰ ਦੀਵਾਨਗੜ੍ਹ ਕੈਂਪਰ ਤੋਂ ਵੀ ਬੱਚੇ ਆਉਂਦੇ ਨੇ ਜੀ, 6ਵੀਂ ਤੋਂ ਲੱਗ ਕੇ 10ਵੀਂ ਤੱਕ ਉਹ ਬੱਚੇ ਵੀ ਸਾਡੇ ਸਕੂਲ ਦੇ ਵਿੱਚ ਹੀ ਪੜ੍ਹਦੇ ਨੇ। ਉਹਨਾਂ ਕੋਲ ਵੀ ਕੋਈ ਆਉਣ ਜਾਣ ਦਾ ਪ੍ਰਬੰਧ ਨਹੀਂ, ਬੱਸ ਵਗੈਰਾ ਦਾ ਉਹ ਤੁਰ ਕੇ ਹੀ ਆਉਂਦੇ ਨੇ, ਤੁਰ ਕੇ ਹੀ ਜਾਂਦੇ ਨੇ, ਜਾਂ ਕਿਸੇ ਕੋਲ ਸਾਈਕਲ ਹੈ ਜੀ ਬਸ ਵੱਧ ਤੋਂ ਵੱਧ ਜੀ। ਅਮਨਦੀਪ, ਤੁਹਾਡਾ ਸਕੂਲ ਦੀ ਅਸੀਂ ਹਾਲਤ ਦੇਖੀ ਕਿ ਬਹੁਤ ਖਰਾਬ ਹੈਗੀ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਦੇਖੋ ਜੀ, ਤੁਸੀਂ ਸਾਰੀ ਕਵਰੇਜ ਲਈਏ ਆ, ਆਪਾਂ ਦੇਖ ਹੀ ਰਹੇ ਹਾਂ ਕਿ ਜੋ ਸਾਡੇ 7-8 ਕਮਰੇ ਨੇ ਅਨਸੇਫ, ਤਕਰੀਬਨ ਅਨਸੇਫ ਹੋ ਹੀ ਚੁੱਕੇ ਨੇ, ਪਰ ਸਰਕਾਰ ਨੇ ਅਜੇ ਤੱਕ ਅਨਸੇਫ ਡਿਕਲੇਅਰ ਨਹੀਂ ਕੀਤੇ। ਅਸੀਂ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਅਨਸੇਫ ਡਿਕਲੇਅਰ ਕਰਕੇ ਇਹ ਬਿਲਡਿੰਗ ਨੂੰ ਢਾਹ ਕੇ ਨਵੀਂ ਬਣਾਈ ਜਾਵੇ। ਜੇਕਰ ਇਸ ਸਾਡੀ ਗੱਲ 'ਤੇ ਸਰਕਾਰ ਨਹੀਂ ਗੌਰ ਕਰਦੀ, ਅਸੀਂ 1 ਮਾਰਚ ਤੋਂ ਬਾਅਦ ਬੱਚਿਆਂ ਦੀ ਬਿਲਕੁਲ ਵੀ, ਪੂਰਾ ਨਗਰ ਇੱਥੇ ਐਡਮਿਸ਼ਨ ਨਹੀਂ ਕਰਾਊਗਾ, ਅਸੀਂ ਸਕੂਲ ਨੂੰ ਜਿੰਦਾ ਲਾ ਕੇ ਅਸੀਂ ਆਪਣੇ ਬੱਚਿਆਂ ਨੂੰ ਘਰੇ ਬਿਠਾਵਾਂਗੇ। ਕੀ ਲੱਗਦਾ ਨਹੀਂ ਵੀ ਸਰਕਾਰ ਕਿਸੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ? ਬਿਲਕੁਲ, ਸਰਕਾਰਾਂ ਹਮੇਸ਼ਾ ਜੀ, ਸਰਕਾਰਾਂ ਫੇਲ ਹੁੰਦੀਆਂ ਆਈਆਂ ਇਸ ਗੱਲ ਤੋਂ, ਸਰਕਾਰਾਂ ਦਾ ਬਿਲਕੁਲ ਵੀ ਹੈਲਥ ਵੱਲ, ਐਜੂਕੇਸ਼ਨ ਵੱਲ ਬਿਲਕੁਲ ਵੀ ਧਿਆਨ ਨਹੀਂ। ਕੈਪਟਨ ਸਾਹਿਬ ਨੇ ਜਿੰਨੇ ਅਜੇ ਤੱਕ ਵਾਅਦੇ ਕੀਤੇ, ਅਜੇ ਤੱਕ ਕੋਈ ਵਾਅਦਾ ਪੂਰਾ ਨਹੀਂ ਕਰ ਸਕੇ। ਸਾਡੇ ਨਗਰ ਦਾ ਬੁਰਾ ਹਾਲ ਹੈ, ਸਾਡੇ ਨਗਰ ਦੇ ਵਿੱਚ ਕੈਪਟਨ ਸਰਕਾਰ ਵੱਲੋਂ ਅਜੇ ਤੱਕ ਇੱਕ 5 ਪੈਸੇ ਵੀ ਕੈਪਟਨ ਸਰਕਾਰ ਵੱਲੋਂ ਨਹੀਂ ਆਏ, 5 ਪੈਸੇ ਵੀ ਕੈਪਟਨ ਸਰਕਾਰ ਨੇ ਸਾਡੇ ਨਗਰ ਨੂੰ ਨਹੀਂ ਦਿੱਤੇ। ਕੀ ਮੰਗ ਕਰਦੇ ਹੋ ਸਰਕਾਰ? ਅਸੀਂ ਸਰਕਾਰ ਅੱਗੇ ਮੰਗ ਕਰਦੇ ਹਾਂ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਡੇ ਸਕੂਲ ਦੀ ਜੋ ਜੇ ਬਿਲਡਿੰਗ ਹੈ ਇਹਨੂੰ ਢਾਹ ਕੇ ਨਵੀਂ ਬਣਾਇਆ ਜਾਵੇ ਕਿ ਜੋ ਸਾਡੇ ਬੱਚੇ ਨੇ ਉਹ ਸੇਫ ਪੜ੍ਹ ਸਕਣ। ਚਲ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਤੋਂ ਪਹਿਲਾਂ ਕੋਈ ਹਾਦਸਾ ਹੋਵੇ, ਹਾਦਸਾ ਹੋਣ ਤੋਂ ਪਹਿਲਾਂ ਇਸ ਬਿਲਡਿੰਗ ਨੂੰ ਅਨਸੇਫ ਕਰਕੇ ਅਤੇ ਇਸ ਦੀ ਜਗ੍ਹਾ ਨਵੀਂ ਬਿਲਡਿੰਗ ਬਣਾਈ ਜਾਵੇ। ਸਾਡਾ ਪਿੰਡ ਪਹਿਲਾਂ ਹੀ ਬਹੁਤ ਹਾਦਸਿਆਂ ਦੇ ਸ਼ਿਕਾਰ ਹੋਇਆ, ਪਹਿਲਾਂ ਸਾਡੇ ਮਨੀਕਾਰਨ ਸਾਹਿਬ ਬਹੁਤ ਵੱਡਾ ਹਾਦਸਾ ਹੋ ਗਿਆ ਸੀ। ਮੇਰੇ ਬੱਚੇ 3 ਪੜ੍ਹਦੇ ਨੇ ਜੀ, 2 ਗੁੜੀਆਂ 1 ਮੁੰਡਾ ਪੜ੍ਹਦਾ ਜੀ। ਇੱਥੇ ਜੇ ਬੱਚੇ ਅੱਜ ਮੀਂਹ ਪੈਂਦੇ ਨੂੰ 2 ਦਿਨ ਹੋ ਗਏ ਬਾਹਰ ਬੈਠੇ ਨੇ, ਕੀ ਕਾਰਨ ਹੈ? ਮੈਂ ਤਾਂ ਕਰਦਾ ਸੋਚ ਰਿਹਾ ਵੀ ਸਾਹਮਣੇ ਮੇਰੀ ਟਾਇਰ ਪੈਂਚਰ ਦੀ ਦੁਕਾਨ ਹੈ, ਵੀ ਮੈਨੂੰ ਲੱਗਦਾ ਛੱਤ ਅੱਜ ਗਿਰੀ, ਕੱਲ੍ਹ ਨੂੰ ਗਿਰੀ, ਅੱਜ ਗਿਰੀ, ਕੱਲ੍ਹ ਨੂੰ ਗਿਰੀ। ਕਈ ਵਾਰ ਤਾਂ ਛੁੱਟੀ ਮਰਾਦ ਨੇ ਵੀ ਛੱਤ ਗਿਰੂਗੀ ਪੁੱਤ ਅੱਜ ਨਾ ਜਾਓ। ਜਦੋਂ 150 ਬੱਚਾ ਮਰ ਗਿਆ ਫਿਰ ਉਹਨਾਂ ਨੂੰ ਮੁਆਵਜ਼ਾ ਦੇਣ ਆਉਣਗੇ, ਵੱਡੀਆਂ ਵੱਡੀਆਂ ਫਿਰ ਫੋਟੋਆਂ ਲਾਉਣਗੇ ਕੈਪਟਨ ਸਾਹਿਬ ਵੀ ਅਸੀਂ ਮੁਆਵਜ਼ਾ ਦਿੱਤਾ। ਅੱਛਾ, ਉਹ ਕਿਹੜੇ ਪਹਿਲਾਂ ਮਨੀਕਰਨ ਸਾਹਿਬ 7 ਬੱਚੇ ਗੁਜ਼ਰ ਗਏ ਤੇਗੇ, ਉਹਨਾਂ ਨਾਲ ਤਾਂ ਆਮ ਆਦਮੀ ਪਾਰਟੀ ਨੂੰ ਲੰਡੂ ਪਾਰਟੀ ਕਹਿੰਦੇ ਤੇ ਉਹੀ ਵਧੀਆ ਰਹੇਗੀ ਕਿਹੜੀ 20-25 ਲੱਖ ਰੁਪਈਆ ਦੇ ਕੇ 4 ਕਮਰੇ ਬਣ ਗਏ ਜੀ। ਇਹਨਾਂ ਦਾ ਕੁਛ ਦਿੱਤੀ ਨਹੀਂ, ਉਸ 4-5 ਕਮਰਿਆਂ 'ਚ ਬੱਚੇ ਗੁਜ਼ਾਰਾ ਕਰ ਰਹੇ ਨੇ। ਅਸਲ ਤਾਂ ਕਿ ਜੇ ਤੁਹਾਡੀ ਇਹ ਮੰਗ ਨਾ ਪੂਰੀ ਹੋਈ ਤਾਂ ਜੇ ਮੰਗ ਨਾ ਪੂਰੀ ਹੋਈ ਤਾਂ ਅਸੀਂ 1 ਅਪ੍ਰੈਲ ਤੋਂ ਕੋਈ ਐਡਮਿਸ਼ਨ ਨਹੀਂ ਹੋਣ ਦਿੰਦੇ ਹੈਗੇ, ਔਰ ਜਿੰਦਾ ਲਾ ਦਾਂਗੇ ਜੋ ਹੋਇਆ ਕੁਛ ਤੋਂ ਕੁਛ ਵੱਧ ਤੋਂ ਵੱਧ ਅਸੀਂ ਕਰਾਂਗੇ। ਹੋ ਸਕਦਾ
ਬੱਚੇ ਤੁਸੀਂ ਤੁਹਾਡੇ ਬਾਹਰ ਬੈਠੇ ਨੇ, ਤੁਸੀਂ ਆਫਿਸ ਦੇ ਵਿੱਚ ਬੈਠੇ ਹੋਗੇ? ਨਹੀਂ, ਆਫਿਸ 'ਚ ਨਹੀਂ, ਅਸੀਂ ਵੀ ਕਲਾਸਿਸ ਲੈ ਰਹੇ ਹਾਂ, ਬੱਚਿਆਂ ਦੇ ਨਾਲ ਹੀ ਬੈਠੇ ਹਾਂ ਜੀ। ਆਫਿਸ 'ਚ ਨਹੀਂ ਹੈਗੇ, ਅਸੀਂ ਵੀ ਜਿੱਥੇ ਬੱਚੇ ਬਿਠਾਏ ਹੋਏ ਨੇ ਅਲੋਂਗ ਵਿਦ ਬੱਚਿਆਂ ਦੇ ਬੈਠੇ ਹਾਂ ਅਸੀਂ। ਨਾ ਕੀ ਕਾਰਨ ਹੈ ਇਹ ਬਾਹਰ ਬੈਠੇ ਨੇ ਬੱਚੇ? ਠੰਡ ਬਹੁਤ ਜ਼ਿਆਦਾ, ਮੀਂਹ ਪੈ ਰਿਹਾ ਹੈਗਾ। ਦੇਖੋ ਜੀ, ਲਾਈਟ ਨਹੀਂ ਹੈਗੀ, ਇੱਕ ਤਾਂ ਲਾਈਟ ਹੈ ਨੀ ਸੀਗੀ, ਪੀਟੀਐਮ ਹੈਗੀ ਸੀ, ਟੀਚਰ ਅੱਜ ਕਮੀ ਹੈ, ਛੁੱਟੀ ਤੇ ਗਏ ਹੋਏ ਆ, ਇਸ ਕਰਕੇ ਦੋ ਦੋ ਤਿੰਨ ਦਿਨ ਕਲਾਸਾਂ ਨੂੰ ਟੀਚਰ ਨੇ ਕੰਬਾਈਨ ਕਰਕੇ ਸਾਂਭਿਆ, ਤਾਂ ਕਰਕੇ ਇੱਥੇ ਬੈਠੇ ਆ ਕਿ ਇੱਕ ਕਲਾਸ ਦੇ ਵਿੱਚ ਸਾਰੇ ਬੱਚੇ ਨਹੀਂ ਬੈਠ ਸਕਦੇ। ਨਹੀਂ, ਬਾਰਿਸ਼ ਕਾਰਨ ਜਿਵੇਂ ਹੁਣ ਬੈਠੇ ਨੇ ਜੀ, ਉਹਦੇ ਅੰਦਰ ਕਿਵੇਂ? ਬਾਰਿਸ਼ ਕਰਕੇ ਨਹੀਂ ਬੈਠੇ ਜੀ, ਉਹ ਅੰਦਰ ਲਾਈਟ ਨਹੀਂ ਸੀਗੀ, ਠੀਕ ਹੈ ਜੀ, ਵਿਜ਼ੀਬਿਲਿਟੀ ਨਹੀਂ ਹੈ। ਤੁਸੀਂ ਇਹਦੇ ਵਾਸਤੇ ਜਿਵੇਂ ਹੁਣ ਉੱਪਰੋਂ ਖਲੇਪੜ ਗਿਰ ਰਹੇ ਨੇ ਜਾਂ ਅਨਸੇਫ ਬਿਲਡਿੰਗ ਹੋ ਰਹੀ ਹੈਗੀ, ਕਿਤੇ ਲਿਖ ਕੇ ਦਿੱਤਾ ਹੈਗਾ ਸਰਕਾਰ? ਹਾਂਜੀ ਹਾਂਜੀ, ਸਾਡੇ ਸਾਰੇ ਉੱਥੇ ਚੱਲ ਰਿਹਾ ਹੈ, ਉਹਨਾਂ ਨੂੰ ਲਿਖ ਕੇ ਦਿੱਤਾ ਹੋਇਆ ਕਿ ਮੇਜ਼ਰ ਰਿਪੇਅਰ, ਅਨਸੇਫ ਨਹੀਂ ਹੈ, ਮੇਜ਼ਰ ਰਿਪੇਅਰਮੈਂਟ ਦੀ ਲੋੜ ਹੈ, ਉਹਦੇ ਲਈ ਦਿੱਤਾ ਹੋਇਆ ਡਿਪਾਰਟਮੈਂਟ ਨੂੰ ਲਿਖ ਕੇ। ਕਿੰਨੇ ਵਾਰੀ ਦਿੱਤਾ ਹੈ ਜੀ? ਦੇਖ, ਜਿੰਨੀ ਵਾਰੀ ਸਾਡੇ ਕੋਲ ਉੱਥੋਂ ਰਿਕੁਆਇਰਮੈਂਟ ਮੰਗੀ ਜਾਂਦੀ ਹੈ, ਅਸੀਂ ਉਨੀ ਵਾਰੀ ਉਹਨਾਂ ਨੂੰ ਜਵਾਬ ਦਿੰਦੇ ਹਾਂ। ਰਿਸਪੋਂਸ ਜੀ, ਆਪਣੇ ਆਪ ਗੌਰਮੈਂਟ ਨੂੰ ਪਤਾ ਹੈ ਕਿ ਉਹਨਾਂ ਦਾ ਕੀ ਰਿਸਪੋਂਸ ਹੈ, ਪ੍ਰੋਸੈਸ ਚੱਲ ਰਿਹਾ ਹੈ, ਮਤਲਬ ਜੇ ਉਹਨਾਂ ਨੇ ਸਾਡੇ ਤੋਂ ਮੰਗਿਆ ਤਾਂ ਪ੍ਰੋਸੈਸ ਚੱਲ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਕਦੋਂ ਇਹ ਸਕੂਲ ਦੀ ਖਸਤਾ ਹਾਲਤ ਵੱਲ ਧਿਆਨ ਦੇਵੇਗੀ। ਰੰਗਲਾ ਟੀਵੀ ਲਈ ਸੰਗਰੂਰ ਤੋਂ ਜਗਤਾਰ ਬਾਬਾ ਦੀ ਖਾਸ ਰਿਪੋਰਟ।